ਅੱਜ ਇਸ ਨਗਰ ਪਿੰਡ ਪੱਡੇ ਚ ਅਸੀਂ ਆਪ ਆਏ ਕਿਉਂਕਿ ਸਾਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ, ਜਿਹਦੇ ਪ੍ਰਤੱਖ ਸਬੂਤ ਵੀ ਆ ਕਿ ਭਾਈ ਇੱਥੇ ਘਰਾਂ ਦੇ ਵਿੱਚ ਆਮ ਚਿੱਟਾ ਵੇਚਿਆ ਜਾ ਰਿਹਾ। ਬੇਨਤੀ ਕਰਨ ਤੇ ਵੀ ਕਈ ਬੰਦੇ ਨਹੀਂ ਹਟੇ, ਥੋੜਾ ਜਿਹਾ ਫਰਕ ਪਿਆ ਹੈ, ਪਰ ਬਹੁਤ ਬੰਦੇ ਅਜੇ ਵੀ ਜਿਹੜਾ ਵਾ ਉਹ ਚਿੱਟਾ ਵੇਚ ਰਿਹਾ ਅਤੇ ਹਾਨੀ ਦੀ ਗੱਲ ਹੈ ਕਿ ਉਹਦੇ ਚ ਬੀਬੀਆਂ ਸ਼ਾਮਲ ਨੇ। ਅੱਜ ਇਸ ਨਗਰ ਚ ਆ ਕੇ ਪਹਿਲੇ ਤੇ ਆਪ ਦੀ ਵਾਰ ਅਸੀਂ ਬੇਨਤੀ ਕਰਨ ਲਈ ਬੇਨਤੀ ਸਮਝ ਲਓ, ਜੇ ਕਿਸੇ ਨੇ ਵਾਰਨਿੰਗ ਸਮਝਣਾ ਜੋ ਸਮਝਣਾ ਸਮਝ ਲਓ। ਅੱਜ ਨੂੰ ਬਾਅਦ ਚ ਪਿੰਡ ਦੇ ਵਿੱਚ ਬਾਹਰ ਜੇ ਕੋਈ ਚਿੱਟਾ ਵੇਚ ਰਿਹਾ ਜਾਂ ਪਿੰਡ ਦੇ ਕਿਸੇ ਬੰਦੇ ਨੇ ਚਿੱਟਾ ਵੇਚਣਾ ਦੀ ਮਦਦ ਕੀਤੀ, ਚਿੱਟਾ ਖਰੀਦਿਆ ਜਾਂ ਪਿੰਡ ਦੇ ਵਿੱਚ ਕਿਸੇ ਬੰਦੇ ਨੇ ਚਿੱਟਾ ਵੇਚਣ ਦੀ ਕੋਸ਼ਿਸ਼ ਕੀਤੀ, ਬੰਦਾ ਹੋਵੇ, ਬਜ਼ੁਰਗ ਹੋਵੇ, ਬੀਬੀ ਹੋਵੇ, ਕੋਈ ਵੀ ਹੋਵੇ, ਉਹਦਾ ਐਸਾ ਹਾਸਿਲ ਕਰਾਂਗੇ ਕਿ ਤੁਹਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਚਿੱਟੇ ਦੇ ਨਾਲ ਨੰਗਾ ਕਰਨਗੀ। ਸੋ ਤੁਸੀਂ ਇਹ ਸਾਡੀ ਪ੍ਰੀਖਿਆ ਨਾ ਲਓ। ਇੱਥੇ ਨੌਜਵਾਨਾਂ ਦਾ ਪੱਕਾ ਪਹਿਰਾ, ਜਿਹੜੇ ਬੰਦੇ ਤੁਹਾਡੇ ਕੋਲ ਖਰੀਦਣ ਵਾਲੇ ਨੇ ਉਹਨਾਂ ਬੰਦਿਆਂ ਨੂੰ ਸਾਡੇ ਕੋਲ ਲਿਆ ਸਕਦੇ ਆ, ਤੇ ਜਿਹੜਾ ਬੰਦਾ ਫੜਿਆ ਗਿਆ ਚਿੱਟਾ ਵੇਚਦਾ ਪੀਂਦਾ ਖਰੀਦਦਾ ਉਹਦਾ ਅਸਰ ਬੁਰਾ ਹੋਊਗਾ। ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਵੈਸੇ ਆਪਾਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹਾਂ, ਤੁਹਾਡੇ ਮੱਥ ਥੱਲੇ ਸਾਰਾ ਕੁਝ ਹੋ ਗਿਆ, ਤੁਹਾਨੂੰ ਪਤਾ ਕਿਹੜੇ ਬੰਦੇ ਵੇਚਣ ਵਾਲੇ ਨੇ, ਕਿਹੜੇ ਖਰੀਦਣ ਵਾਲੇ ਨੇ, ਕਿਹੜੇ ਪੀਣ ਵਾਲੇ ਨੇ। ਜਾਣ ਬੁੱਝ ਕੇ ਇਹਨਾਂ ਬੰਦਿਆਂ ਨੂੰ ਖੁੱਲ੍ਹਾ ਛੱਡਿਆ ਗਿਆ, ਪਰ ਹੁਣ ਇਹ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ। ਸੋ ਇਹ ਆਖਰੀ ਵਾਰ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਧਿਆਨ ਕੇ ਕਰਕੇ ਜਾਓ ਬੇਨਤੀ, ਇਸ ਕਰਕੇ ਇੱਥੇ ਆਏ ਹਾਂ ਤੇ ਆਖਰੀ ਵਾਰ ਬੇਨਤੀ ਕਰ ਰਹੇ ਹਾਂ। ਇਸ ਤੋਂ ਬਾਅਦ ਗੱਲਬਾਤ ਦੂਜੇ ਤਰੀਕੇ ਨਾਲ ਹੋਊਗੀ। ਜਿਹੜਾ ਤੰਬਾਕੂ ਵਾਲਾ ਮਸਲਾ ਹੈ ਉਹਦੇ ਤੇ ਅਸੀਂ ਕਿਹਾ ਸੀ ਕਿ ਪਿੰਡ ਵਾਲੇ ਗੁਰਮਤਾ ਕਰ ਲੈਣ, ਜਿਹੜੀਆਂ ਦੁਕਾਨਾਂ ਨੇ ਤੰਬਾਕੂ ਡਿਆ ਵੇਚਣ ਉਹਨਾਂ ਦਾ ਜਿਹੜਾ ਕੋਈ 500 ਰੁਪਇਆ ਮਿਲਦਾ ਕਰਦਾ ਹੈ ਉਹ ਅਸੀਂ ਪੂਰਾ ਕਰਦਾ ਕਰਾਂਗੇ ਪਿੰਡ ਨੂੰ ਗ੍ਰਾਹੀ ਕਰਕੇ, ਪਰ ਤੰਬਾਕੂ ਹੋਰ ਆਦਮ ਨਸ਼ੇ ਕੋਈ ਵੀ ਆ ਪਿੰਡ ਦੇ ਲੋਕਾਂ ਨੂੰ ਵਿਕਣਾ ਚਾਹੀਦਾ। ਸੋ ਇਸ ਗੱਲ ਤੇ ਸਾਰੇ ਨਗਰ ਨਿਵਾਸੀਆਂ ਨੂੰ ਇੱਕ ਹੋਰ ਬੇਨਤੀ ਹੈ ਕਿ ਇਹ ਨਾ ਵੇਖਿਆ ਕਰੋ ਕਿ ਤੁਹਾਡਾ ਮੁੰਡਾ ਜੇ ਨਹੀਂ ਪੀਂਦਾ ਤੇ ਦੂਜੇ ਦਾ ਪੀ ਜਾਂਦਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਿੰਡ ਆਪਣਾ ਪਰਿਵਾਰ ਹੁੰਦਾ, ਪਿੰਡ ਦੇ ਵਿੱਚ ਜੇ ਇੱਕ ਵੀ ਮਾੜਾ ਕੰਮ ਕਰਦਾ ਸਾਰੇ ਪਿੰਡ ਦਾ ਨਾਮ ਬਦਨਾਮ ਹੁੰਦਾ, ਸਾਰੇ ਲਾਗੇ ਇਲਾਕੇ ਦੇ ਵਿੱਚ ਵੱਡੇ ਪਿੰਡ ਦਾ ਇੰਨਾ ਕੁ ਨਾਮ ਬਦਨਾਮ ਹੋ ਗਿਆ, ਉਹ ਕਹਿੰਦੇ ਵੀ ਜਿਹਨੂੰ ਚਿੱਟਾ ਕਿਤੋਂ ਨਹੀਂ ਮਿਲਦਾ ਉਹ ਪੱਡਿਆਂ ਤੋਂ ਜਾ ਕੇ ਲੈ ਗਏ। ਸੋ ਜੇ ਇਹ ਬਦਨਾਮੀ ਕੱਢਣੀ ਹੈ ਕੋਈ ਫਰਕ ਨਹੀਂ ਪੈਂਦਾ, ਫਿਰ ਤਾਂ ਠੀਕ ਹੈ, ਤੇ ਜੇ ਆਪਾਂ ਮਾੜੀ ਮੋਟੀਆਂ ਖਗਿਆਲ ਤਾਂ ਬਾਕੀ ਹੈ ਸਾਡੇ ਚ, ਤੇ ਘੱਟੋ ਘੱਟ ਇਹਨਾਂ ਲੋਕਾਂ ਨੂੰ ਦੱਸ ਪਾਈਏ। ਜਿਹੜਾ ਬੰਦਾ ਜ਼ਬਰਦਸਤੀ ਕਰੂਗਾ, ਜੇ ਕੋਈ ਤੁਹਾਡੇ ਰੋਕਿਆ ਨਾ ਰੋਕੇ, ਜਿਹੜਾ ਕੋਈ ਧਮਕੀ ਦੇਵੇ, ਜਿਹੜਾ ਤੁਹਾਨੂੰ ਆਖਿਆ ਵੀ ਅਸੀਂ ਇੱਦਾਂ ਕਰ ਦਿਆਂਗੇ, ਉਹ ਮੈਂ ਉਹਨਾਂ ਨੂੰ ਵਾਰਨਿੰਗ ਦੇ ਚੱਲਿਆ, ਕਿਸੇ ਨੇ ਕੋਈ ਉਸ ਨੇ ਵੀ ਆਣ ਕੇ ਗੁਨਾਹਗਰਦੀ ਕਰੇ, ਪਰ ਤੁਸੀਂ ਤਗੜੇ ਰਹਿਣਾ ਹੈ, ਪਿੰਡ ਤੋਂ ਵੱਡਾ ਕੋਈ ਨਹੀਂ ਲੈ, ਇਸ ਕਰਕੇ ਇਹ ਬੇਨਤੀ ਕਬੂਲੋ, ਸਾਰੀ ਸੰਗਤ ਵੱਧ ਚੜ ਕੇ ਪਹਿਰਾ ਦੇਵੇ, ਇਹ ਤੁਸੀਂ ਮਹੀਨਾ ਖੰਡ ਤਗੜੇ ਹੋ ਕੇ ਪਹਿਰਾ ਦੇ ਦਿਓ ਮਾਲ ਵੱਲੋਂ, ਤੇ ਇਹ ਗਰੰਟੀ ਵਾਲੀ ਗੱਲ ਹੈ ਕਿ ਤੁਸੀਂ ਚਿੱਟਾ ਜਿਹੜਾ ਤੁਹਾਨੂੰ ਮੌਜੂ। ਸੋ ਇਹਦੀਆਂ ਕੁ ਬੇਨਤੀਆਂ ਦਾ ਖਿਮਾ ਲਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।